आम आदमी पार्टी दे एमएलए दे दफ्तर विच होई सब इंस्पैक्टर दे नाल कुटमार ते पग लै जानी। ये मामला हाले भी ठंडे बस्ते च नहीं पिया, बंद नहीं होया। हुण पुलिस अफसर इकट्ठे हो गए ने। पुलिस पेंशनर्स वेलफेयर एसोसीएशन पंजाब एक जथेबंदी ने प्रेस नोट जारी कर दिता है, जिस विच मंग कीती है कि श्री हरगोबिंदपुरा हलका जिहड़ा पैंदा है आम आदमी पार्टी दे विधायक जिन्हां ने बुलाया सी सब इंस्पैक्टर नूं किसे काम दे लई घर दे विच, उस तो बाद उसके समर्थकों ने उसके करीबियों ने सब इंस्पैक्टर नाल कुटमार कर दिती। सब इंस्पैक्टर दे नाल होई कुटमार ते लत्थी पग नूं लैके हुण विधायक के उत्ते भी परचा दर्ज होना चाहिए, इस गल नूं लैके मंग कर दिती है। होर की कुछ लिखा गया, की कुछ कहा गया, इस दे बारे भी तुहाडे नाल विस्तार दे नाल गलबात सांझी करांगे। सब तो पहलां तुहाडे नाल ओह गलबात सांझी कर दिंदे आ इसे ही जथेबंदी दे आगू जिहड़े ने हरबंस सिंह रियाड़, साबका DSP सेवा मुक्त अधिकारी, उन्होंने साड़ी गलबात हुई है। उन्होंने जथेबंदी की सोचती है इस मसले के उत्ते और की मंग कर रही है, पंजाब के DGP गौरव यादव ते SSP बटाला नू दे सामने की मंग रख दी गई है, उसके बारे जो गलबात हुई है तुसी भी सुनो। रियाड़ साहब, हुण कित्थों तक मसला पुज्जा कि हुण तां यूनियन दे वल्लों भी ये मंग चुकी गई है कि जो घटना वापरी उस दिन सब इंस्पैक्टर दे नाल जो कुछ होया उस बारे तुसी की हुण सोचदे हो, की स्टैंड लिया जथेबंदी ने? ਅਸੀਂ ਤੇ ਸੋਚਦੇ ਹਾਂ, ਸਾਰੇ ਸਾਰੇ ਪ੍ਰਧਾਨ ਸਾਹਿਬ ਨੇ ਪ੍ਰੈਸ ਨੋਟ ਜਾਰੀ ਕੀਤਾ ਆ ਜੀ, ਜੇ ਪੰਜਾਬ ਦੇ ਪ੍ਰਧਾਨ ਆ ਸਤਨਾਮ ਸਿੰਘ ਜੀ, ਸਾਡੀ ਇਹ ਮੰਗ ਆ ਵੀ ਜੇ ਕਿਤੇ ਉਹਨੂੰ ਥਾਣੇਦਾਰ ਨੂੰ ਬੁਲਾ ਕੇ ਉਹਨਾਂ ਨੇ ਪੂਰੀ ਪੱਗ ਵੀ ਲਾਈ ਉੱਥੇ ਜੀ, ਕੁੱਟਮਾਰ ਕੀਤੀ ਆ ਤੇ MLA ਦੇ ਵੀ ਪਰਚਾ ਬਰਾਬਰ ਹੋਣਾ ਚਾਹੀਦਾ ਜੀ। ਹੁਣ ਤੱਕ MLA ਦਾ ਵੀ ਅਮਰਪਾਲ ਸਿੰਘ ਹੋਰਾਂ ਦਾ ਪੱਖ ਸਾਹਮਣੇ ਆਇਆ ਸੀ, ਤਾਂ ਉਹ ਇਹ ਕਹਿ ਰਿਹਾ ਕਿ ਮੈਂ ਤਾਂ ਮੌਕੇ ਤੇ ਹੈ ਹੀ ਨਹੀਂ ਸੀ, ਮੈਨੂੰ ਨਹੀਂ ਪਤਾ ਲੱਗਿਆ ਕਿ ਉੱਥੇ ਕੀ ਹੋਇਆ ਕੀ ਨਹੀਂ। ਨਹੀਂ, ਉਦੋਂ ਭੁੱਲਰ ਸਾਹਿਬ ਦੀ ਉਹਨਾਂ ਗੱਲ ਵੀ ਹੋਈ ਹੈ ਸਹੀ ਜੀ, ਕਿ MLA ਉੱਥੇ ਸੀਗਾ, ਬਾਹਰ ਨਿਕਲ ਆਇਆ ਸੀ, ਉਸੇ ਕੰਮ ਦੂਜੇ ਕਮਰੇ ਬੈਠਾ ਸੀਗਾ ਜੀ, ਜਦੋਂ ਕੁੱਟਮਾਰ ਨੂੰ ਕਰ ਰਹੇ ਹੋ MLA ਵੀ ਬਾਹਰ ਆ ਗਿਆ ਸੀਗਾ ਜੀ, ਔਰ ਉਹਦੀ ਭਾਉ ਦੀ ਪੱਗ ਵੀ ਕਰੀ ਗਈ ਆ। ਅਸੀਂ ਤੇ ਬੇਨਤੀ ਕਰਦੇ ਹਾਂ DGP ਸਾਹਿਬ ਪੰਜਾਬ ਨੂੰ ਔਰ SSP ਸਾਹਿਬ ਨੂੰ ਕਿ MLA ਦੇ ਨਾਲ ਜਿਹੜਾ ਉਹ ਉਹਨੂੰ ਅਰੈਸਟ ਕੀਤਾ ਜਾਵੇ ਜੀ। ਹੁਣ ਇਸ ਵਕਤ ਸਬ ਇੰਸਪੈਕਟਰ ਜਿਹੜੇ ਜਿਨ੍ਹਾਂ ਨਾਲ ਇਹ ਵਧੀਕੀ ਹੋਈ, ਜਿਨ੍ਹਾਂ ਦੀ ਗੱਲ ਹੋ ਰਹੀ ਹੈ, ਤਾਂ ਕੀ ਉਹਨਾਂ ਨਾਲ ਗੱਲਬਾਤ ਹੋ ਸਕੀ ਹੈ ਐਸੋਸੀਏਸ਼ਨ ਦੀ, ਕਿ ਉਹ ਕੀ ਕਹਿੰਦੇ ਆ ਸਬ ਇੰਸਪੈਕਟਰ? ਨਹੀਂ, ਐਕਚੁਅਲੀ ਉਹਨਾਂ ਦਾ ਕੰਟੈਕਟ ਨਹੀਂ ਰਹਿੰਦਾ ਜੀ, ਅਸੀਂ ਤਾਂ ਜਿਹੜੀ ਉਹ ਭੁੱਲਰ ਸਾਹਿਬ ਨਾਲ ਕੀਤੀ ਹੈ ਨਾ ਉਹਨਾਂ ਗੱਲਬਾਤ, ਉਹ ਤੋਂ ਹੀ ਅਸੀਂ ਮਹਿਸੂਸ ਕਰਦੇ ਵੀ ਉਹਨਾਂ ਤੱਕ ਆਇਆ ਜੀ। ਔਰ ਤੁਸੀਂ ਵਿੱਚ ਇਹ ਵੀ ਲਿਖਿਆ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਜਿਹੀਆਂ ਘਟਨਾਵਾਂ ਵਾਪਰੀਆਂ ਰਹਿੰਦੀਆਂ, ਪਰ ਬਣਦਾ ਕੁਛ ਨਹੀਂ ਇਸ ਮਸਲੇ 'ਚ, ਪਰ ਜਿਹੜੇ ਕਾਨੂੰਨ ਦੀ ਰਖਵਾਲੀ ਕਰਦੇ ਆ, ਜੇ ਉਹਨਾਂ ਨਾਲ ਵਧੀਕੀ ਹੋ ਕੇ ਕੁਛ ਨਹੀਂ ਬਣਨਾ, ਫਿਰ ਆਮ ਲੋਕ ਕਿਵੇਂ ਰੱਖਣਗੇ ਉਮੀਦ? ਬਿਲਕੁਲ ਬਿਲਕੁਲ ਜੀ, ਪੰਜਾਬ ਨੂੰ ਦੇਖੋ ਜੇ ਅੱਤਵਾਦੀ ਟਾਈਮ ਤੇ ਕਿੰਨਾ ਅੱਤਵਾਦ ਕੰਟਰੋਲ ਕੀਤਾ ਆ ਜੀ, ਇੰਨੀ ਬਹਾਦਰ ਪੁਲਿਸ ਆ, ਜੇ ਸਾਡੀ ਜੇ ਪੱਗ ਨੂੰ ਹੱਥ ਪਾ ਗਿਆ ਤੇ ਉੱਥੇ ਰਾਖੀ ਕੌਣ ਕਰੂਗਾ ਜੀ? ਕਿੰਨਾ ਪੰਜਾਬ ਦੀ ਪੁਲਿਸ ਦਾ ਜਿਹੜਾ ਮਰੋਲ ਆ ਬਹੁਤ ਡਾਊਨ ਹੁੰਦਾ ਆ ਜੀ ਜੀ। ਤਾਂ ਜਿਹੜੇ ਵੱਡੇ ਅਧਿਕਾਰੀ ਨੇ, ਕਿਉਂਕਿ ਤੁਸੀਂ ਵੀ ਸੇਵਾਵਾਂ ਨਿਭਾਈਆਂ ਨੇ, ਤਾਂ ਕੀ ਪ੍ਰੈਸ਼ਰ ਬਣਿਆ ਰਹਿੰਦਾ ਛੋਟੇ ਲੈਵਲ ਤੱਕ, ਥਾਣਿਆਂ ਤੱਕ ਜਿਹੜੇ ਇੰਚਾਰਜ ਤੱਕ ਹੁੰਦੇ ਨੇ, ਕਿ ਜੇ ਵੱਡੇ ਅਧਿਕਾਰੀ ਨਹੀਂ ਚਾਹੁੰਦੇ ਫਿਰ ਥੱਲੇ ਵਾਲਿਆਂ ਦਾ ਕੁਛ ਬਣਦਾ ਹੀ ਨਹੀਂ? ਰੂਪ ਦੇ ਵਿੱਚ ਜਾਂ ਆਪਣੀ ਗੱਲ ਰੱਖ ਦਿੱਤੀ ਹੈ ਕਿ ਅਸੀਂ ਇਸ ਘਟਨਾ ਦੇ ਵਿੱਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕਰਾਉਣਾ ਚਾਹੁੰਦੇ ਹਾਂ ਵਿਧਾਇਕ ਨੂੰ ਵੀ, ਸੰਬੰਧਿਤ ਨੂੰ, ਜੇ ਗੱਲ ਨਹੀਂ ਬਣਦੀ ਫਿਰ ਐਸੋਸੀਏਸ਼ਨ ਨੇ ਕੀ ਸੋਚਿਆ, ਵਿਚਾਰ ਵਟਾਂਦਰਾ ਕੀਤਾ ਕਿ ਅੱਗੇ ਕੀ ਐਕਸ਼ਨ ਲਿਆ? ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਉਹ ਮੀਟਿੰਗ ਕਰਕੇ ਜੋ ਵੀ ਉਹ ਐਕਸ਼ਨ ਲੈਣਗੇ ਨਾਲ ਕਰੇ ਜੀ ਜੀ ਜੀ। ਤਾਂ ਇੱਕ ਤੁਸੀਂ ਅਖੀਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਸ ਲਈ ਜਿਹੜੀ ਇਹ ਘਟਨਾ ਵਿੱਚ ਸਾਰੇ ਦੋਸ਼ੀ ਆ ਜਿਹੜੇ ਸ਼ਾਮਲ ਕਰਨੇ ਚਾਹੀਦੇ ਆ, ਉਸ ਦੇ ਵਿੱਚ ਇੱਕ ਤਾਂ ਤੁਸੀਂ ਵਿਧਾਇਕ ਦੀ ਮੰਗ ਕੀਤੀ ਹੈ ਕਿ ਵਿਧਾਇਕ ਨੂੰ ਮੁੱਖ ਦੋਸ਼ੀ ਬਣਾਓ, ਇੱਕ ਇਹ ਕਿਹਾ ਕਿ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁੱਜੀ, ਇਹਦਾ ਮਾਮਲਾ ਵੀ ਦਰਜ ਹੋਣਾ ਚਾਹੀਦਾ। ਬਿਲਕੁਲ ਜੀ, ਪੱਗ ਲਾਈ ਉਹਦੀ, ਭਾਵੇਂ ਉਹ ਕਮਿਊਨਿਟੀ ਜਿਹੜੀ ਮਰਜ਼ੀ ਉਹ ਪੱਗ ਬੱਧੀ ਆ, ਸਰਦਾਰ ਰੱਖਣੇ ਆ, ਉਹਦੀ ਪੱਗ ਦੇ ਵਿੱਚ 295 ਲੱਗਣੀ ਚਾਹੀਦੀ ਉਹਨਾਂ ਦੇ ਜੀ ਜੀ। ਹੁਣ ਤੱਕ ਦੀ ਇਸ ਘਟਨਾ ਦੇ ਵਿੱਚ ਜਿਹੜੀਆਂ ਦੋ ਗੱਲਾਂ ਸਾਹਮਣੇ ਆ ਰਹੀਆਂ ਜੀ, ਸਬ ਇੰਸਪੈਕਟਰ ਨੇ ਤਾਂ ਕਿਹਾ ਮੇਰੇ ਨਾਲ ਜੋ ਜੋ ਹੋਇਆ ਸਾਰੀ ਆਪ ਬੀਤੀ ਦੱਸ ਦਿੱਤੀ, ਪਰ SSP ਬਟਾਲਾ ਉਹਨਾਂ ਦਾ ਇਹ ਕਹਿਣਾ ਸੀ ਕਿ ਨਹੀਂ ਜੀ, ਇਸ ਤਰ੍ਹਾਂ ਨਹੀਂ, ਜਿਹੜੀ ਗੱਲ ਹੋਈ ਸੀ ਵਿਧਾਇਕ ਸਾਹਿਬ ਤਾਂ ਹੈ ਹੀ ਨਹੀਂ ਸੀ ਉੱਥੇ, ਉਹਨਾਂ ਦਾ ਹਾਲੇ ਤੱਕ ਇਹ ਸੀ ਸਟੈਂਡ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਸੀ, ਇਸ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨ ਲਈ ਬੁਲਾਇਆ ਗਿਆ ਸੀ। ਮੈਨੂੰ ਪਤਾ ਹੀ ਨਹੀਂ ਕੀ ਗੱਲ ਦਾ
बहुत शुक्रिया जी। पुलिस पेंशनर्स वेलफेयर एसोसिएशन पंजाब दे अफसर जिहड़े इकट्ठे होए ने ते उन्हां नूं लग्गिया कि मसला छोटा नहीं है। इस तो पहला भी उन्हां दा कहना है कि घटनावां वापरदियां रहिंदियां ने पर हर वार कुछ बनता नहीं, और उन्होंने ये डिमांड की है, मंग रखी है कि उस दे विच जिहड़ा अमरपाल सिंह आम आदमी पार्टी के विधायक ने, हालांकि विधायक ने स्पष्टीकरण दिता कि उन्हां दा निजी कोई मसला सी, उस नूं लैके गलबात होई सी, पर कुटमार की जिहड़ी गल है मैं सामने नहीं सी, हाजिर नहीं सी, इस करके इस तरह दीआं गल्लां कहतियां गई। हालांकि विरोधियों का कहना है कि इस गल के उत्ते मिट्टी पाई जा रही है और लगातार हंकार का जिहड़ा रूप है वह सामने आता दिखाई दे रहा है। हुण जिहड़े पुलिस पेंशनर्स वेलफेयर एसोसिएशन पंजाब ने मंग रखी है उस दे विच की लिख दिता उन्होंने, पुलिस पेंशनर्स वेलफेयर एसोसिएशन पंजाब ते चंडीगढ़ की एक हंगामी मीटिंग च सतनाम सिंह बैंस ने जिहड़े एस पी रिटायर्ड ने वो प्रधान ने इस जथेबंदी दे, उन्हां दी प्रधानगी हेठ दफ्तर पुलिस पेंशनर्स वेलफेयर एसोसिएशन विच एक मीटिंग हुंदी है। 14/8/2023 नूं हलका श्री हरगोबिंदपुर साहब जिला गुरदासपुर के एम एल ए अमरपाल सिंह वल्लों पंजाब पुलिस के एक सब इंस्पैक्टर कैलाश चंद्र नूं अपने दफ्तर विच बुला के अपने पार्टी के अहुदेदारां कोलों करवाई गई कुटमार अते सब इंस्पैक्टर की पग ला के सुट्टण की घटना की सख्त शब्दों विच निंदा की गई है। उन्होंने भी अगे आख्या कि डी जी पी पंजाब ते मुख्यमंत्री साहब पंजाब तो मंग की है कि एम एल ए अमरपाल सिंह नूं भी इस घटना दे विच मुख दोषी वजो नामजद करके उसके उत्ते भी परचा दर्ज किया जाना चाहिए। तो सब इंस्पैक्टर की जिहड़ी पग उतारन दे करके धार्मिक भावनावां नूं ठेस पहुँचाउण की धारा भी शामिल की जाए। पिछलियां सरकारां दे वेले भी जिहियां घटनावां वापर चुकियां ने पर किसी भी दोषी विरुद्ध बनदी कारवाई नहीं हुई। अगे उन्होंने भी आख्या कि पंजाब प्रधान वल्लों एस एस पी साहब बटाला ते डी जी पी साहब पंजाब तो मंग की गई है कि वेला सियासी अकावां नूं खुश करन दा जां अपनी कुर्सी नूं प्यार करन दा नहीं है, सगों पुलिस विभाग के मनोबल नूं बनाए रखण दा सवाल है, क्योंकि पंजाब स्टेट अतवाद प्रभावित रही है ते पंजाब पुलिस ने अपने मुलाजमां अते परिवारक मैंबरां दीआं कुरबानियां दे के पंजाब विच मुड़ तों शांति नूं माहौल नूं बरकरार कीता सिरजिआ है, ते जिहियां मंदभागियां घटनावां वापरन नाल साडे मुलाजमां दे मनोबल ते माड़ा प्रभाव पैंदा है। इस मंदभागी घटना वापरन नाल पुलिस विभाग के मुलाजमान ते सेवा मुक्त पुलिस अफसरां मुलाजमान दे मनां नूं भारी ठेस पहुंची है। इस लई घटना विच शामिल सारे दोषियों विरुद्ध बनदी सख्त कार्रवाई अमल दे विच लियांदी जानी चाहीदी है। ये प्रैस नोट जारी किया गया पुलिस पेंशनर्स वेलफेयर एसोसीएशन पंजाब दे वल्लों, जिस दे विच सारी गल कह दित्ती गई है कि की इस मसले च होना चाहिए और आम आदमी पार्टी के जिहड़े विधायक ने अमरपाल सिंह श्री हरगोबिंदपुर साहब हलका जिहड़ा पैंदा है जिस दे दफ्तर दे विच सब इंस्पैक्टर दे नाल जिहड़े कैलाश चंद्र ने उन्हां नाल कुटमार हुई है उसके खिलाफ भी उस नूं मुख दोषी वजो नामजद करन दीआं गल्लां इस जथेबंदी ने इस एसोसीएशन ने कर दित्तियां ने। हुण देखदे हां कि पंजाब दे मुख्यमंत्री भगवंत मान जां पंजाब पुलिस दे जिहड़े मुखी ने गौरव यादव इस मसले दे विच इस एसोसीएशन दी मंग नूं किवें लैंदे ने, किवें देखदे ने, ते इस दे उत्ते विचार वटांदरा करके की एक्शन लिया जा सकदा है। फिलहाल तुसीं बने रहो ABC पंजाब दे नाल।